ਪਾਸੇ ਜਿੱਥੇ ਚੋਣਾਂ ਦੇ ਮਾਹੌਲ ਦੇ ਵਿੱਚ ਸਾਰੀਆਂ ਪਾਰਟੀਆਂ ਚੋਣ ਅਖਾੜਾ ਭਖਾਉਣ ਦੇ ਵਿੱਚ ਲੱਗੀਆਂ ਹੋਈਆਂ ਸਨ, ਪਰ ਉਸ ਮੌਕੇ ਸਮਰਾਲਾ ਦੇ ਨੇੜਲੇ ਪਿੰਡ ਬੰਬਾ ਦੇ ਵਿੱਚ ਇੱਕ ਔਰਤ ਸਮੇਤ 3 ਵਿਅਕਤੀਆਂ ਵੱਲੋਂ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਕ ਉਕਤ ਦੋਸ਼ੀਆਂ ਵੱਲੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਜੀ ਨੂੰ ਅਗਨ ਭੇਟ ਕਰਕੇ ਨੀਲੋ ਨਹਿਰ ਦੇ ਵਿੱਚ ਜਲ ਪ੍ਰਵਾਹ ਕੀਤਾ ਗਿਆ ਤੇ ਬਾਅਦ ਦੇ ਵਿੱਚ ਘਰ ਦੇ ਵਿੱਚ ਰੱਖੇ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਆਪਣੇ ਘਰ ਦੀ ਛੱਤ ਉੱਤੇ ਸੁੱਟ ਦਿੱਤਾ ਗਿਆ। ਇਸ ਮੌਕੇ ਸਤਿਕਾਰ ਕਮੇਟੀ ਦੇ ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬੰਬਾ ਦੇ ਨਿਵਾਸੀ ਟਹਿਲ ਸਿੰਘ, ਸਰਬਜੀਤ ਸਿੰਘ ਅਤੇ ਅਮਰਜੀਤ ਕੌਰ ਦੇ ਵੱਲੋਂ ਇਸ ਬੇਅਦਬੀ ਨੂੰ ਅੰਜਾਮ ਦਿੱਤਾ ਗਿਆ ਹੈ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਪਿੰਡ ਗੁੱਬੇ ਤੋਂ। ਅਤੇ ਕੀ ਘਟਨਾ ਹੋਈ? ਇਹ ਘਟਨਾ ਜੀ, ਪਿੰਡ ਬੰਬਾ ਥਾਣੇ ਸਮਰਾਲੇ 'ਚ ਪੈਂਦਾ ਵਾ। ਉੱਥੇ ਇੱਕ ਦੋਸਤ ਵੱਲੋਂ ਪੋਥੀ ਸਾਹਿਬ ਦੇ ਅੰਗ ਖੰਡਿਤ ਕਰਕੇ ਪਹਿਲਾਂ ਤਾਂ ਕਿਸੇ ਦੇ ਕੋਠੇ 'ਤੇ ਸਿੱਟੇ ਗਏ। ਜਦੋਂ ਉਹਨਾਂ ਨੂੰ ਪਤਾ ਲੱਗਿਆ ਤੂੰ ਤੂੰ ਮੈਂ ਹੋਈ, ਉੱਥੋਂ ਫਿਰ ਉਹਨਾਂ ਨੇ ਅੰਗ ਚੁਕਾ ਕੇ ਅਤੇ ਇਸ ਬੰਦੇ ਨੂੰ ਫੜਾਏ ਵੀ ਤੁਸੀਂ ਇਹ ਕੰਮ ਸਾਡੇ ਜਾਂ ਫਸਾਉਣ ਲਈ ਕੀਤਾ, ਜਾਂ ਅੱਜ ਕੱਲ੍ਹ ਡੇਰਾਬਾਦ ਚੱਲਦਾ ਤੰਤਰਾਂ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ। ਅਤੇ ਹੁਣ ਇਹ ਤਾਂ ਬਾਅਦ ਦੇ ਵਿੱਚ ਤਫਤੀਸ਼ ਤੋਂ ਬਾਅਦ ਪਤਾ ਲੱਗੂ ਵੀ ਉਹਨੇ ਕਿਸ ਮਨਸਾ ਦੇ ਨਾਲ ਕੀਤਾ ਵਾ। ਅਤੇ ਬਾਅਦ ਦੇ ਵਿੱਚ ਉਹ ਅੰਗਾਂ ਨੂੰ ਅਗਨ ਭੇਟ ਕਰਕੇ ਉਹਦੇ ਪਰਿਵਾਰ ਨੇ ਚੋਰੀ ਅਤੇ ਨਹਿਰ 'ਤੇ ਜਲ ਪ੍ਰਵਾਹ ਕਰਤਾ ਅਤੇ ਹੁਣ ਉਹ ਫੜਿਆ ਗਿਆ ਵਾ। ਅਤੇ ਜਿਹੜੀਆਂ ਹੋਰ ਪੋਥੀ ਸਾਹਿਬ ਭਈਆਂ ਸੀਗੀਆਂ ਵਿੱਚੋਂ ਕਈਆਂ ਦੇ ਕੁਛ ਪਿੰਨ ਨਾਂ ਦੱਸਦੇ ਆ ਵੀ ਮਾਰਕ ਕੀਤੇ ਹੋਏ ਸੀਗੇ ਅੰਗ, ਅਤੇ ਕੁਛ ਖੰਡਿਤ ਕੀਤੇ ਹੋਏ ਨੇ, ਉਹ ਪੋਥੀ ਸਾਹਿਬ ਬਰਾਮਦ ਹੋ ਗਏ। ਬਾਬਾ ਜੀ ਕਿਵੇਂ ਦੇਖਦੇ ਹੋ ਕਿਉਂਕਿ ਕੱਲ੍ਹ ਵੀ ਬੇਅਦਬੀ ਦੀ ਘਟਨਾ ਜਿਹੜੀ ਹੋਣ ਤੋਂ ਬਚਿਆ ਹੋ ਗਿਆ ਅਤੇ ਲਗਾਤਾਰ ਹੋ ਰਹੀਆਂ ਨੇ, ਅਤੇ ਚੋਣਾਂ ਦਾ ਜਿਹੜਾ ਪ੍ਰਚਾਰ ਆ ਉਹ ਵੀ ਸਿਖਰਾਂ 'ਤੇ? ਦੇਖੋ ਜੀ, ਬਹੁਤ ਜੇ ਆਪਾਂ ਡੂੰਘਾਈ ਦੇ ਵਿੱਚ ਜਾਵਾਂਗੇ, ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਸਮੇਂ ਤੋਂ ਬਹੁਤ ਸਾਲਾਂ ਤੋਂ ਗੰਭੀਰ ਬਣੇ ਪਏ ਨੇ। ਅਤੇ ਸਿੱਖਾਂ ਦੇ ਨਾਲ ਕਿਉਂਕਿ ਹੋਰ ਦੇਖੋ, ਮੈਂ ਆਏ ਨਹੀਂ ਕਹਿੰਦਾ ਹੈਗਾ ਵੀ ਕਿਸੇ ਵੀ ਹੋਰ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ, ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਬੇਅਦਬੀ ਕਰੇ, ਸਾਨੂੰ ਬਹੁਤ ਹੀ ਜ਼ਿਆਦਾ ਉਸ ਚੀਜ਼ ਦਾ ਵੀ ਦੁੱਖ ਆ, ਅਸੀਂ ਉਹਦੇ ਲਈ ਵੀ ਹਾਅ ਦਾ ਨਾਅਰਾ ਬਿਲਕੁਲ ਜ਼ਰੂਰ ਮਾਰਾਂਗੇ। ਅਤੇ ਪਰ ਇਹ ਸਿੱਖਾਂ ਦੇ ਨਾਲ ਹੀ ਕਿਉਂ ਵਾਪਰ ਰਿਹਾ ਇਹ? ਦੇਖੋ ਸਾਜ਼ਿਸ਼ਾਂ ਵੀ ਹੁੰਦੀਆਂ ਨੇ, ਅਤੇ ਸਾਡੇ ਮਾੜੇ ਕਰਮ ਅਤੇ ਰੰਜਿਸ਼ਾਂ ਇੱਕ ਦੂਜੇ ਨੂੰ ਫਸਾਉਣ ਦੇ ਲਈ ਵੀ ਅਸੀਂ ਗੁਰੂ ਪਾਤਸ਼ਾਹ ਜੀ ਦੀਆਂ ਬਾਣੀ ਨੂੰ ਜ਼ਰੀਆ ਬਣਾ ਕੇ ਬਹੁਤ ਜਗ੍ਹਾ 'ਤੇ ਘਟਨਾਵਾਂ ਇਸ ਤਰੀਕੇ ਦੀਆਂ ਵੀ ਵਾਪਰ ਚੁੱਕੀਆਂ ਨੇ ਜਿੱਥੇ ਕਿਸੇ ਨੂੰ ਫਸਾਉਣ ਦੇ ਲਈ ਵੀ ਇੱਦਾਂ ਦੇ ਕੰਮ ਹੋਏ ਨੇ। ਅਤੇ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਡੂੰਘੀਆਂ ਹੀ ਨੇ, ਅਤੇ ਇਹਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ 100% ਇਹ ਉਹਨਾਂ ਨੂੰ ਮੈਂਟਲ ਕਰਾਰ ਦੇ ਦਿੱਤਾ ਜਾਂਦਾ। ਅਤੇ ਇਹ ਇੱਕ ਦੇਖੋ ਪ੍ਰਸ਼ਾਸਨ ਵੀ ਕਈ ਵਾਰ ਆਪਣਾ ਪੱਲਾ ਝਾੜਦਾ ਵੀ ਛੇਤੀ ਤੋਂ ਛੇਤੀ ਗੱਲ ਨਿਬੇੜੀ ਹੈ ਮੈਂਟਲ ਕਹਿ ਕੇ, ਹੈ ਨਾ, ਅਤੇ ਪਿੰਡ ਦੇ ਵੀ ਜਿਹੜੇ ਹੁੰਦੇ ਨੇ ਵੀ ਸਾਡੇ ਪਿੰਡ ਦੀ ਬਦਨਾਮੀ ਨਾ ਹੋਵੇ ਜਾਂ ਗੁਰੂ ਪਾਤਸ਼ਾਹ ਜੀ ਦੇ ਨਾਲ ਉਸ ਤਰੀਕੇ ਦਾ ਪਿਆਰ ਨਹੀਂ ਰੱਖਦੇ, ਅਤੇ ਉਹ ਵੀ ਕਹਿੰਦੇ ਨੇ ਹਾਂਜੀ ਹਾਂਜੀ ਇਹ ਮੈਂਟਲ ਸੀ। ਪਰ ਉਸ ਕੇਸ ਤਾਂ ਅਸੀਂ ਮੰਨ ਸਕਦੇ ਹਾਂ ਪਰ ਸਾਰੇ ਨਹੀਂ ਹੁੰਦੇ ਹੈਗੇ। ਅਤੇ ਇਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਨੇ, ਅਤੇ ਇਹਦੇ ਲਈ ਸਾਨੂੰ ਵੀ ਸੁਚੇਤ ਹੋਣਾ ਪਊਗਾ। ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਸਾਡੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ, ਸਾਡੇ ਘਰ ਦੇ ਵਿੱਚ ਡਾਕਾ ਮਾਰਨ ਦੇ ਲਈ, ਸਾਡੇ ਘਰ ਨੂੰ ਲੁੱਟਣ ਦੇ ਲਈ, ਅਤੇ ਦੁਸ਼ਮਣ ਆ ਜਿਹੜਾ ਉਹ ਤਤਪਰ ਖੜਾ ਵਾ ਅਤੇ ਪੱਬਾਂ ਭਾਰ ਖੜਾ ਵਾ, ਉਹਦੇ ਲਈ ਸਾਨੂੰ ਵੀ ਹੀਲੇ ਵਸੀਲੇ ਕਰਨੇ ਪੈਣਗੇ ਨਾ ਉਹਦੇ ਤੋਂ ਬਚਾਅ ਦੇ ਲਈ। ਅਤੇ ਬਹੁਤ ਅਫਸੋਸ ਦੀ ਗੱਲ ਇਹ ਆ ਵੀ ਜਿਹੜੇ ਸਾਡੀਆਂ ਸਿਰਮੌਰ ਸੰਸਥਾਵਾਂ ਨੇ, ਦੇਖੋ ਮੈਂ ਕਿਸੇ ਦੇ ਨਿੱਜੀ ਹਮਲਾ ਨਹੀਂ ਕਰਨਾ ਚਾਹੁੰਦਾ, ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਵੀ ਕੋਈ ਸਖ਼ਤ ਫੈਸਲੇ ਲਏ ਜਾਣ ਇਸ ਸੰਬੰਧ ਦੇ ਵਿੱਚ, ਅਤੇ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਕੋਈ ਵੀ ਚੀਜ਼ ਹੁੰਦੀ ਆ ਉਹਦੇ ਲਈ, ਉਹਦੇ ਬਚਾਅ ਦੇ ਲਈ ਜਾਂ ਉਹਨੂੰ ਡਿਫੈਂਡ ਕਰਨ ਦੇ ਲਈ ਸਾਨੂੰ ਕੁਛ ਨਾ ਕੁਛ ਰਣਨੀਤੀ ਤਿਆਰ ਕੀਤੀ ਜਾਂਦੀ ਹੁੰਦੀ ਆ। ਜਿਹੜੀਆਂ ਵੱਡੀਆਂ ਸੰਸਥਾਵਾਂ ਜਿੱਦਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਤੇ ਸੰਸਥਾ ਸਾਡੇ ਕੋਲ ਕੋਈ ਨਹੀਂ ਹੈਗੀ, ਸ੍ਰੀ ਅਕਾਲ ਤਖ਼ਤ ਸਾਹਿਬ ਸਿਰਮੌਰ ਨੇ, ਉੱਥੇ ਦੇ ਜਥੇਦਾਰ ਦੇ ਵੱਲੋਂ ਕੁਛ ਨਾ ਕੁਛ ਇਸ ਤਰੀਕੇ ਦਾ ਹੋਣਾ ਚਾਹੀਦਾ। ਅਤੇ ਪਿੰਡ ਦੀਆਂ ਕਮੇਟੀਆਂ, ਨਗਰ ਅਤੇ ਗ੍ਰੰਥੀ ਸਿੰਘ ਜਿੱਥੇ ਅਣਗਹਿਲੀ ਪਾਈ ਜਾਂਦੀ ਹੈ ਅਤੇ ਉਹਨਾਂ ਦੇ ਨਾਲ ਪਰਚਾ ਦਰਜ ਕਰ ਦਿੱਤਾ ਜਾਵੇ, ਅਤੇ ਉਹਨਾਂ ਨੂੰ ਅੱਗੇ ਸਬਕ ਮਿਲੇ ਵੀ ਇਕੱਲੀਆਂ ਚੌਧਰਾਂ ਦੇ ਲਈ ਪ੍ਰਧਾਨਗੀ ਕਰਨੀ ਜਾਂ ਸੈਕਟਰੀ ਬਣਨ ਦੇ ਲਈ ਨਹੀਂ ਹੈਗੇ, ਅਸੀਂ ਜ਼ਿੰਮੇਵਾਰੀ ਵੀ ਚੱਕਣੀ ਹੈ।
ਇਹੀ ਬੰਬਾ ਪਿੰਡ ਦੀ ਘਟਨਾ ਹੈ। ਸੁਬਹਾ ਮਤਲਬ ਸੁਬਹਾ ਫੋਨ ਆਇਆ ਸੀਗਾ ਜੀ ਮੈਨੂੰ ਵੀ ਬੰਬਾ ਪਿੰਡ ਗੁਟਕਾ ਸਾਹਿਬ ਵੀ ਬੇਅਦਬੀ ਹੋ ਗਈ ਆ, ਅਤੇ ਜਦੋਂ ਉੱਥੇ ਗਏ ਹਾਂ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਸੀਗਾ, ਤੋ ਛਾਣਬੀਣ ਕਰਕੇ ਜਦੋਂ ਪਤਾ ਲੱਗਿਆ 5 ਗੁਟਕਾ ਸਾਹਿਬ ਤਾਂ ਉਹਨਾਂ ਨੇ ਕਹਿੰਦੇ ਟੋਟਲ ਅਗਰ ਭੇਟ ਕਰੇ ਦਿੱਤੇ ਸੀਗੇ। ਜਿਹੜੇ ਹੁਣ ਗੁਟਕਾ ਸਾਹਿਬ ਅਸੀਂ ਬਰਾਮਦ ਕੀਤੇ ਨੇ ਉਹ ਅੰਗ ਵੀ ਫਟੇ ਹੋਏ ਨੇ ਜੀ, ਠੀਕ ਆ। ਗੁਟਕਾ ਸਾਹਿਬ ਦੀ ਵੀ ਹਾਲਤ ਉਹਨਾਂ ਨੇ ਬਹੁਤ ਮਾੜੀ ਕੀਤੀ ਹੋਈ ਆ, ਪਰ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਕਹਿ ਦਈਏ ਬਹੁਤ ਜ਼ਿਆਦਾ ਕਤਾਈਆਂ ਹੋਈਆਂ ਹੋਈਆਂ ਨੇ, ਤਾਂ ਜਿਵੇਂ ਹੁਣ ਆਪਾਂ ਕਹਿ ਦਈਏ ਵੀ ਜਿਵੇਂ ਆਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਹੈ ਨਾ, ਜਿਹੜੀਆਂ ਇਹ ਕੰਮਾਂ ਨੂੰ ਆਪਾਂ ਕਹਿੰਦੇ ਹਾਂ ਵੀ ਮੂਹਰੇ ਸਰਮਾਏਦਾਰ ਬਣ ਜਾਂਦੇ ਨੇ, ਵੀ ਅਸੀਂ ਉਹਨਾਂ ਨੂੰ ਵੀ ਤਾੜਨਾ ਹੀ ਕਰਾਂਗੇ ਵੀ ਜੇ ਕੱਲ੍ਹ ਨੂੰ ਕਿਸੇ ਵੀ ਪਿੰਡ ਕੋਈ ਵੀ ਇਹੋ ਜਿਹੀ ਘਟਨਾ ਹੁੰਦੀ ਆ ਤਾਂ ਕਮੇਟੀ ਅਤੇ ਪਾਠੀ ਸਿੰਘ ਅਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ, ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ, ਮੌਕੇ 'ਤੇ ਸਾਡੇ ਹੱਥ ਕੋਈ ਲੱਗ ਗਿਆ ਤਾਂ ਅਸੀਂ ਝਟਕ ਵੀ ਦੇਵਾਂਗੇ। ਬੰਬੇ ਪਿੰਡ ਅੱਜ ਸਵੇਰੇ ਜਿਹੜਾ 7:30 ਸਾਡੇ ਧਿਆਨ ਦੇ ਵਿੱਚ ਸਤਿਕਾਰ ਕਮੇਟੀ ਵਾਲੇ ਜਿਹੜੇ ਵੀਰ ਨੇ ਇਹਨਾਂ ਨੇ ਇਹਦੇ ਮਾਮਲੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਜਿਹੜੀ ਅਸੀਂ ਮੌਕੇ 'ਤੇ ਪਹੁੰਚ ਗਏ ਹਾਂ। ਮੌਕੇ 'ਤੇ ਪਹੁੰਚ ਗਿਆ ਇਹ ਟਹਿਲ ਸਿੰਘ ਨਾਂ ਦਾ ਵਿਅਕਤੀ ਸੀ ਜਿਹਦਾ ਉਮਰ 75 ਸਾਲ 80 ਸੀ। ਉਸ ਨਾਲ ਜਿਹੜੇ ਗੁਟਕਾ ਸਾਹਿਬ ਦੇ ਅੰਗ ਸੀ ਉਹਨਾਂ ਦੀ ਨਗਾਦਰੀ ਕਰਕੇ ਪਾੜ ਗਿਆ, ਆਪਣੀ ਛਾਤੇ 'ਤੇ ਸਿੱਟ ਦਿੱਤੇ ਸੀ। ਉਸ ਸਭ ਤੋਂ ਸਿੱਟਣ ਤੋਂ ਬਾਅਦ ਪਿੰਡ 'ਚ ਪਤਾ ਲੱਗਿਆ, ਫਿਰ ਉਹਨਾਂ ਨੇ ਉਹਦੇ ਨਾਲ ਉਹਦੀ ਭਰਜਾਈ ਸੀ ਅਤੇ ਨਾਲ ਦਾ ਅਮਰਜੀਤ ਕੌਰ ਅਤੇ ਉਹਦਾ ਭਤੀਜਾ ਸੀ ਸਰਬਜੀਤ ਸਿੰਘ, ਇਹਨਾਂ ਨੇ ਇਕੱਠਿਆਂ ਨੇ ਮਿਲ ਕੇ ਅਗਨੀ ਭੇਟ ਕਰ ਗਿਆ, ਉਹ ਨੀਲੋਂ ਨਹਿਰ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੇ ਸੀ। ਇਸ ਦੇ ਰਿਗਾਰਡਿੰਗ ਅੱਜ ਅਸੀਂ ਤਿੰਨਾਂ ਬੰਦਿਆਂ ਦੇ ਖਿਲਾਫ਼ ਬਜ਼ੁਰਗ ਜੀ ਨੇ ਟੈਲਸ ਨੇ ਬੇਅਦਬੀ ਕੀਤੀ ਹੈ ਅਤੇ ਜਿਨ੍ਹਾਂ ਨੇ ਨਾਲ ਉਹਦਾ ਅਗਨੀ ਭੇਟ ਕਰਨ ਲਈ ਸਾਥ ਦਿੱਤਾ, ਤਿੰਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ 295 ਏ ਅਤੇ 201 ਦਾ, ਅਤੇ ਤਿੰਨਾਂ ਬੰਦਿਆਂ ਨੂੰ ਜਿਹੜਾ ਰਾਊਂਡ ਅਪ ਵੀ ਕਰ ਲਿਆ। ਕਾਰਨ ਹਜੇ ਤਾਂ ਅਰੈਸਟ ਕੀਤਾ ਹੈ, ਤਫਤੀਸ਼ ਦਾ ਪਾਰਟ ਹੈ, ਇਹਦਾ ਰਿਮਾਂਡ ਲਵਾਂਗੇ, ਉਦੋਂ ਬਾਅਦ ਕਾਰਨ ਬਿਲਕੁਲ ਕਲੀਅਰ ਹੋਊਗਾ। ਇਸ ਤੋਂ ਬਿਨਾਂ ਮੈਂ ਤੁਹਾਡੇ ਜਿਹੜੀ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਹ ਸੁਚੇਤ ਰਹਿ ਗਿਆ ਗੁਰੂ ਘਰ ਦੀ ਡਿਊਟੀ ਕਰਨ, ਗੁਰੂ ਘਰ ਦੀ ਰਾਖੀ ਕਰਨ। ਜੇਕਰ ਅਜਿਹੇ ਮਾਮਲੇ ਵਿੱਚ ਕਿਸੇ ਕਮੇਟੀ ਦੀ ਲਾਪਰਵਾਹੀ ਆਊਗੀ ਤਾਂ ਕਮੇਟੀ ਦੇ ਖਿਲਾਫ਼ ਵੀ ਜਿਹੜਾ ਸਖ਼ਤ ਐਕਸ਼ਨ ਲਿਆ ਜਾਵੇ।